ਇੱਕ ਕੰਬਲ ਵਾਲਾ ਬਾਬਾ ਕਾਲੇ ਕੰਬਲ ਵਾਲਾ ਬਾਬਾ ਕਹਿੰਦੇ ਨੇ ਕਿ ਕਾਲੇ ਕੰਬਲ ਵਾਲਾ ਬਾਬਾ ਜਦੋਂ ਕਿਸੇ ਮਰੀਜ਼ ਨੂੰ ਹੱਥ ਲਾ ਦਿੰਦਾ ਹੈ ਤਾਂ ਉਹ ਬਿਲਕੁਲ ਹੀ ਟੱਲੀ ਵਰਗਾ ਹੋ ਜਾਂਦਾ ਹੈ ਵਾ 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 ਬਿਲਕੁਲ ਹੀ ਠੀਕ ਹੋ ਜਾਂਦਾ ਹੈ ਦੋਸਤੋ ਬਿਮਾਰੀ ਕਿੰਨੀ ਵੀ ਪੁਰਾਣੀ ਹੋਵੇ ਕੌਣ ਹੈ ਇਹ ਲੋਕ ਕਿਹੜਾ ਸੇ ਆਤੇ ਹੈ ਕਹਿੰਦੇ ਜਿਹੜੇ ਜਨਮ ਤੋਂ ਹੀ ਬਿਮਾਰ ਨੇ ਅਤੇ ਜਿਨ੍ਹਾਂ ਦੇ ਅੰਗ ਪੈਰ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਜਾਂ ਫਿਰ ਉਹਨਾਂ ਦੇ ਵਿੱਚ ਕੋਈ ਸਰੀਰਿਕ ਤਾਕੜੀ ਹੀ ਕਮਜ਼ੋਰੀ ਹੈ ਉੱਠ ਨਹੀਂ ਸਕਦੇ ਤੁਰ ਨਹੀਂ ਸਕਦੇ ਅਤੇ ਠੀਕ ਤਰ੍ਹਾਂ ਬੈਠ ਵੀ ਨਹੀਂ ਸਕਦੇ ਅੰਗ ਪੈਰ ਮੁੜੇ ਹੋਏ ਨੇ ਅੰਗ ਪੈਰ ਮਰੇ ਹੋਏ ਨੇ ਕੰਬਲੀ ਵਾਲਾ ਬਾਬਾ ਬਿਲਕੁਲ ਹੀ ਕਰ ਦਿੰਦਾ ਹੈ ਤੰਦਰੁਸਤ